ਟੀਮ ਸੰਗਰੂਰ ਲੋਕ ਸਭਾ ਹਲਕੇ ਪਹੁੰਚੀ ਆ ਕਿਉਂਕਿ ਇਹਨਾਂ ਨੇ ਜਿਹੜੀ ਵੋਟ ਸੀਗੀ ਉਧਰ ਪਾਰਟੀ ਨੂੰ ਪਾਈ। ਮੈਨੂੰ ਐਂ ਦਾ ਡਰ ਵੀ ਉਹਨਾਂ ਨੇ ਕਿਹੜਾ ਜੁਮਲਾ ਨਹੀਂ ਕਰਿਆ। 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਜਿਤਾ ਰਹੇ ਨੇ। ਜੇ ਇੱਕ ਸਿੱਖ ਨੇਤਾ ਖਾਲਿਸਤਾਨ ਦੀ ਗੱਲ ਕਰਦਾ ਤਾਂ ਉਹਦੇ ਵਿੱਚ ਮਾੜਾ ਕੀ ਹੈ? ਆਪ ਦਾ ਨਹੀਂ ਜਿੱਤਣ ਦੇਣਾ, ਇੱਧਰ ਬਾਬੇ ਨੂੰ ਜਿੱਤਿਆ। ਜਦੋਂ ਪਰਮਿੰਦਰ ਜੀ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਉਦੋਂ ਕੋਈ ਕੈਂਡੀਡੇਟ ਐਲਾਨ ਨਹੀਂ ਹੋਇਆ ਸੀ। ਪਰ ਤੁਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਹੋ ਕੇ ਦੂਸਰੇ ਧਰਮ ਦੀ ਨਿੰਦਿਆ ਨਾ। ਸਭ ਲਈ ਜਿਹੜਾ ਰਾਮ ਰਾਜ ਵੀ ਹੋਈ ਆ ਖਾਲਸਾ ਰਾਜ ਵੀ ਹੈ। ਲੋਕ ਇੱਦਾਂ ਇੱਦਾਂ ਤਾੜੀਆਂ ਮਾਰਦੇ ਜੀ ਵੀ ਕਿਸੇ ਕੀਮਤ ਤੇ ਰਾਮ ਮੰਦਿਰ ਬਣ ਨਹੀਂ ਸਕਦਾ, ਬਣਾ ਕੇ ਦਿਖਾਇਆ ਨਾ ਮੋਦੀ ਨੇ। ਅਰਵਿੰਦ ਕੇਜਰੀਵਾਲ ਜੀ ਨੂੰ ਈਡੀ ਦਾ ਡਰ ਪਾ ਕੇ ਇਹਨਾਂ ਨੇ ਜੇਲ੍ਹ ਦੇ ਵਿੱਚ ਸੁੱਟਿਆ। ਬੀਜੇਪੀ ਤਾਂ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਹੀ ਨਹੀਂ ਸਕਦੀ। ਤੁਸੀਂ 2 ਸਾਲਾਂ 'ਚ ਦੱਸੋ ਕਿਹੜਾ PMW ਦਾ ਪ੍ਰੋਜੈਕਟ ਲਿਆਉਂਦਾ? ਕੈਂਡੀਡੇਟ ਨਹੀਂ ਦੇ ਸਕੀ ਪੰਜਾਬ 'ਚ ਕਾਂਗਰਸੀ ਤੇ ਆਮ ਆਦਮੀ ਵਾਲੇ ਕਿਹੜੀ ਦੇਖ ਰਹੀ ਹੈ ਵੀ ਇਹ ਹੋਣਗੇ ਟਿਕਟਾਂ ਦੇਵਾਂਗੇ। ਉਹਨਾਂ ਨੂੰ ਪੁੱਛੋ ਗਾਂਧੀ ਕਿੱਧਰੋਂ ਆਇਆ? ਲੋਕਾਂ ਦੀ ਮੰਗ ਸੀ, ਖਹਿਰਾ ਪੂਰੇ ਪੰਜਾਬ ਦਾ ਹੈ। ਅਕਾਲੀ ਨੂੰ ਧੋਖਾ ਦੇ ਕੇ ਆਇਆ। ਮੈਨੂੰ ਇਹ ਦੱਸੇ ਖਹਿਰਾ ਸਾਹਿਬ ਕਦੇ ਅਕਾਲੀਆਂ ਦੇ ਨੇ, ਕਦੇ ਪੰਜਾਬ ਦੇ ਨੇ, ਕਦੇ ਉਹ ਸੰਗਰੂਰ ਦੇ ਨੇ, ਕਦੇ ਭਲੱਖ ਦੇ ਨੇ। ਬਿਜਲੀ ਦੇ ਜਿਹੜੇ ਖਿੱਟ ਕਹਿੰਦੇ ਨੇ ਉਹ ਬਾਦਲ ਸਾਹਿਬ ਨੇ ਲਾਏ। SSF ਦੀਆਂ ਗੱਡੀਆਂ 5800 ਪਿਛਲੇ ਦਿਨ ਜਾਨ ਬਚਾਈ ਹੈ, ਪਹਿਲਾਂ ਅੱਜ ਤੱਕ ਕਿਸੇ ਸਰਕਾਰ ਨੇ ਪੰਜਾਬ ਦੀਆਂ ਜਾਨਾਂ ਬਾਰੇ ਨਹੀਂ ਸੋਚਿਆ। ਖਜ਼ਾਨੇ 'ਚੋਂ ਪੈਸੇ ਖਰਚ ਕੇ ਰੰਗ ਲਾ ਬਜਾ ਦੇ ਪ੍ਰੋਗਰਾਮ ਕਰਦੇ ਨੇ। ਬੀਜੇਪੀ ਵਾਲਿਆਂ ਨੂੰ ਪੁੱਛੋ, ਅੱਜ ਤੱਕ ਇੱਕ ਕੈਂਡੀਡੇਟ ਨਹੀਂ ਦੇ ਸਕਿਆ ਸੰਗਰੂਰ ਨੂੰ। ਇਹਨਾਂ ਨੂੰ ਪੁੱਛੋ ਇਹਨਾਂ 'ਚੋਂ ਕਿੰਨੇ ਨੇ ਜਿਹਨਾਂ ਨੇ ਗੋਲਡ ਦੀ ਮਦਦ ਕਰੀ ਦੀ, ਅੱਜ ਗੋਲਡ ਹੀ ਲੋ ਹੈਗੇ ਇਹਨਾਂ ਨੇ। ਸਤਿ ਸ਼੍ਰੀ ਅਕਾਲ, ਮੈਂ ਪੰਕਜ ਕਪਾਹੀ ਔਰ ਤੁਸੀਂ ਦੇਖ ਰਹੇ ਹੋ News 18 ਅਖਾੜਾ। ਇਸ ਵੇਲੇ News 18 ਦੀ ਟੀਮ ਸੰਗਰੂਰ ਲੋਕ ਸਭਾ ਹਲਕੇ ਪਹੁੰਚੀ ਔਰ ਇੱਥੇ ਭਵਾਨੀਗੜ੍ਹ ਦੇ ਵਿੱਚ ਜਾਣਾਂਗੇ ਕਿ ਮੁੱਦੇ ਕੀ ਨੇ ਔਰ ਕੀ ਆਮ ਆਦਮੀ ਪਾਰਟੀ ਜਿਹੜਾ 10 ਸਾਲ ਸੰਗਰੂਰ ਜਿਹੜਾ ਆਮ ਆਦਮੀ ਪਾਰਟੀ ਦੀ ਰਾਜਧਾਨੀ ਰਹੀ ਹੈ, ਲੇਕਿਨ ਬਾਈ ਇਲੈਕਸ਼ਨ ਦੇ ਵਿੱਚ ਜਦੋਂ ਸਿਮਰਨਜੀਤ ਸਿੰਘ ਮਾਨ ਨੇ ਸੇਂਧਮਾਰੀ ਕੀਤੀ ਤਾਂ ਕੀ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਆਪਣਾ ਕਿਲਾ ਬਚਾ ਪਾਏਗੀ? ਗੱਲਬਾਤ ਜਿਹੜੀ ਹੈ ਤਮਾਮ ਸਿਆਸੀ ਪਾਰਟੀਆਂ ਦੇ ਨਾਲ ਕਰਾਂਗੇ। ਕਾਂਗਰਸ ਦੇ ਨੁਮਾਇੰਦੇ ਨੇ, ਆਮ ਆਦਮੀ ਪਾਰਟੀ, BJP, ਅਕਾਲੀ ਦਲ ਔਰ ਨਾਲ ਅਕਾਲੀ ਦਲ ਮਾਨ ਹੋਰਾਂ ਦੇ ਨੁਮਾਇੰਦੇ ਨੇ। ਸ਼ੁਰੂਆਤ ਆਮ ਆਦਮੀ ਪਾਰਟੀ ਤੋਂ ਕਰਾਂਗੇ। 10 ਸਾਲ ਰਾਜਧਾਨੀ ਤੁਹਾਡੀ ਰਹੀ ਹੈ, ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਜਿੱਤਦੇ ਆਏ ਨੇ, ਲੇਕਿਨ ਸਿਮਰਨਜੀਤ ਸਿੰਘ ਮਾਨ ਪਿਛਲੀ ਵਾਰ ਇਹ ਕਿਲਾ ਜਿਹੜਾ ਢਾ ਦਿੱਤਾ ਗਿਆ, ਇਸ ਵਾਰ ਤੁਹਾਨੂੰ ਲੱਗਦਾ ਕਿ ਕਿਲਾ ਬਚਾ ਪਾਓਗੇ? ਜਦੋਂ 2 ਇਲੈਕਸ਼ਨ ਹੋਈ ਹੈ, 3 ਮਹੀਨਿਆਂ ਬਾਅਦ 2 ਇਲੈਕਸ਼ਨ ਹੋਈ ਹੈ, ਤਾਂ ਕਿ ਮੈਂ ਪੁੱਛਣਾ ਚਾਹੁੰਦਾ ਹੈ, BJP ਦਾ ਵੀ ਕੈਂਡੀਡੇਟ ਸੀ ਇੱਥੇ, ਅਕਾਲੀ ਦਲ ਦਾ ਵੀ ਸੀਗਾ, ਕਾਂਗਰਸ ਦਾ ਵੀ ਸੀਗਾ, ਇਹਨਾਂ ਦੇ 3 ਕੈਂਡੀਡੇਟਾਂ ਦੀ ਜ਼ਮਾਨਤ ਜ਼ਬਤ ਹੋਈ ਆ, ਕਿਉਂਕਿ ਇਹਨਾਂ ਨੇ ਜਿਹੜੀ ਵੋਟ ਸੀਗੀ ਉਧਰ ਪਾਰਟੀ ਨੂੰ ਪਾਈ ਆ। ਸਿਮਰਨ ਸਿੰਘ ਮਾਨ ਨੂੰ, ਸਿਮਰਨ ਸਿੰਘ ਮਾਨ ਨੂੰ 69,000 ਤੋਂ ਪਹਿਲਾਂ ਵੱਧ ਵੋਟ ਨਹੀਂ ਲੋਕ ਸਭਾ ਦੇ ਵਿੱਚ ਪੈਂਦੀ ਸੀਗੀ, ਉਹ ਵੋਟ ਸਾਰੀ ਇੱਧਰ ਟ੍ਰਾਂਸਫਰ ਹੋਈ ਆ, ਇਸ ਕਰਕੇ ਉਹ ਜਿਹੜਾ ਤੁਸੀਂ ਕਹਿ ਰਹੇ ਵੀ ਕਿਲਾ ਢਹਿ ਗਿਆ, ਇਹ ਇੱਕ ਸੋਝੀ ਸਾਜੀ ਸਭ ਵੀ ਆਪ ਦਾ ਨਹੀਂ ਜਿੱਤਣ ਦੇਣਾ, ਇੱਧਰ ਬਾਬੇ ਨੂੰ ਜਿਤਾ ਦਈਏ। ਅਸੀਂ ਜਾ ਰਹੇ ਹਾਂ ਲੋਕਾਂ ਦੇ ਵਿੱਚ ਜਾ ਰਹੇ ਹਾਂ, ਅਗਰ 2 ਸਾਲ ਦੇ ਵਿੱਚ ਮਾਨ ਸਾਹਿਬ ਦੇ ਤੁਹਾਨੂੰ ਕੰਮ ਵਧੀਆ ਨੇ, ਮਾਨ ਸਾਹਿਬ ਨੇ ਚਾਹੇ ਬਿਜਲੀ ਮਾਨ ਕਿਹੜੇ, ਸਿਮਰਨਜੀਤ ਸਿੰਘ ਮਾਨ ਜਾਂ ਭਗਵੰਤ ਮਾਨ? ਸਿਮਰਨ ਸਿੰਘ ਮਾਨ। ਅੱਛਾ, ਪੂਰਾ ਕਰੋ। ਮੁੱਖ ਮੰਤਰੀ ਭਗਵੰਤ ਮਾਨ, ਮੁੱਖ ਮੰਤਰੀ ਸਾਡੇ ਭਗਵੰਤ ਸਿੰਘ ਮਾਨ, ਸਾਡੇ CM ਨੇ, ਉਹਨਾਂ ਦੇ 2 ਸਾਲ ਦਾ ਜਿਹੜਾ ਕਾਰਜਕਾਲ ਹੈ, 2 ਸਾਲ ਦੇ ਅਸੀਂ ਕਾਰਜਕਾਲ ਦੱਸਾਂਗੇ ਵੀ ਜਿਵੇਂ ਹੈਲਥ, ਸਿੱਖਿਆ, ਸਕੂਲਾਂ ਦੇ ਉੱਤੇ ਕੰਮ ਕਰ ਰਹੇ ਅਸੀਂ, ਠੀਕ ਹੈ ਨਾ। ਅਸੀਂ ਵੋਟ ਜਿਹੜੀ ਮੰਗਣੀ ਆ, ਅਸੀਂ ਮੋਦੀ ਵਾਂਗੂ ਝੂਠਾ ਲਾਰਾ ਨਹੀਂ ਇਹ ਕਹਿਣਾ ਵੀ ਅਸੀਂ 14-15 ਲੱਖ ਖਾਤੇ ਦੇ ਵਿੱਚ ਪਾਵਾਂਗੇ। ਦੇਖੋ, ਗੱਲ ਅਵਤਾਰ ਜੀ ਨੇ ਕੀਤੀ ਹੈ ਵੀ ਮੋਦੀ ਜੀ ਨੇ ਜੁਮਲੇ ਪੈਦਾ ਕੀਤੇ। ਦੇਖੋ, ਸਾਰੀਆਂ ਪਾਰਟੀਆਂ ਨੇ ਕੀਤੇ, ਹੁਣ ਮੋਦੀ ਜੀ ਨੇ ਜੋ ਕੀਤਾ ਉਹ ਕੰਮ ਕੀਤਾ ਜਾਂ ਕੋਈ ਕੀਤਾ? 15 ਲੱਖ ਜੁਮਲਾ ਸੀ ਜਾਂ ਸੱਚਾਈ ਸੀ? ਨਹੀਂ, ਸੱਚਾਈ ਸੀ, ਸਮਾਂ ਲੱਗਦਾ। ਖਾਤੇ ਚਾਹੇ ਤੁਹਾਡੇ? ਨਹੀਂ ਨਹੀਂ ਆਏ ਸਾਡੇ ਖਾਤੇ, ਜੁਮਲਾ ਸੀ? ਨਹੀਂ, ਜੁਮਲਾ ਕੋਈ ਨੀ, ਪਾਰਟੀ ਆਣਗੇ 10 ਸਾਲ ਹੋ ਗਏ। ਪਰ ਮੇਰੀ ਬੇਨਤੀ ਸੁਣੋ, ਉਹ ਯਾਰ ਵਿਚਰਾ ਬੋਲ, ਹੁਣ ਵਿਚਰਾ ਬੋਲੋ ਫਿਰ ਕਰਾਂਗੇ, ਬੁਲਾਵਾਂਗੇ ਤੁਹਾਡੇ ਕੋਲ, ਆਵਾਂਗੇ। ਮੇਰੀ ਬੇਨਤੀ ਤੁਹਾਡੇ ਕੋਲ ਆ ਰਿਹਾ, ਮੇਰੀ ਬੇਨਤੀ ਸੁਣ ਲਓ,
ਜਿਹੜੀ ਜਿਹੜਾ ਝਾੜੂ ਨਾਲੇ ਨੇ ਕਿਹਾ ਸੀ ਭਗਵੰਤ ਮਾਨ ਨੇ ਸਾਡੇ ਲੋਕਾਂ ਨੂੰ ਠੱਗਿਆ ਲੁੱਟਿਆ ਵੀ ਮੁਰਗੀ ਖਾਨਾ ਖੋਲ ਲੈਣ ਜੇ ਗਨਮੈਨ ਚਾਹੀਦੇ ਨੇ ਉਹ ਤੇ ਨੀ ਕੋਈ ਘਰ ਵਾਲਿਆਂ ਦੇ ਸਾਡੇ ਲੋਕਾਂ ਨੇ ਸਿਆਉਣਾ ਕਰਿਆ ਉਹਦੀ ਕੋਈ ਉਹ ਸਾਰੇ ਘਰਾਂ ਵਾਲੇ ਸਿਆਉਣਾ ਪਲੱਸ ਲੋਕਾਂ ਨਾਲ ਜਿਹੜਾ ਹਜ਼ਾਰ ਰੁਪਏ ਦਾ ਕੀਤਾ ਉਹ ਨੀ ਕੋਈ ਕੀਤਾ ਸਾਡੇ ਟਰੱਕ ਯੂਨੀਅਨ ਚ ਕਹਿ ਕੇ ਗਈ ਸਾਡੀ MLA ਸਾਹਿਬਾ ਵੀ ਮੈਂ ਫੇਰ ਇਲੈਕਸ਼ਨ ਕਰਾਊ ਉਹ ਨੀ ਕਰਾਈ ਮੈਨੂੰ ਐਂ ਤਾਂ ਦੱਸੋ ਵੀ ਉਹਨਾਂ ਨੇ ਕਿਹੜਾ ਜੁਮਲਾ ਨੀ ਕਰਿਆ ਪਹਿਲਾਂ ਇਹ ਦੱਸੋ ਤੁਹਾਡੇ ਕੋਲ ਲੋਕਲ ਕੈਂਡੀਡੇਟ ਨਹੀਂ ਸੀ ਦੁਆਬੇ ਤੋਂ ਕਿਉਂ ਲੈਣਾ ਪਿਆ ਸਾਡੇ ਬਿਲਕੁਲ ਲੋਕਲ ਕੈਂਡੀਡੇਟ ਵੀ ਸੀ ਪਰ ਜਿਹੜੀ ਆਵਾਜ਼ ਲੋਕਲ ਕੈਂਡੀਡੇਟ ਕੌਣ ਸੀ ਦੇਖੋ ਜਿਹੜੀ ਆਵਾਜ਼ ਲੋਕਾਂ ਦੀ ਆਵਾਜ਼ ਨੂੰ ਦੇਖਦੇ ਹੋਏ ਜੋ ਕਿ ਸਰਵੇ ਦੀ ਰਿਪੋਰਟਾਂ ਦੇ ਉੱਤੇ ਦੱਸਿਆ ਗਿਆ ਕਿ ਲੋਕ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਸੁਖਪਾਲ ਸਿੰਘ ਖਹਿਰਾ ਨੂੰ ਜਿਤਾ ਰਹੇ ਨੇ ਲੋਕਲ ਕੈਂਡੀਡੇਟ ਦਾ ਗੱਲਾ ਕਿਉਂ ਘੋਟਿਆ ਗਿਆ ਕਿਉਂ ਉਹਨੂੰ ਪਾਰਟੀ ਛੱਡਣੀ ਸੀ ਪਾਰਟੀ ਕਿਉਂ ਛੱਡੀ ਸਾਡੇ ਸਾਰੇ ਕੈਂਡੀਡੇਟਾਂ ਦੀ ਸਹਿਮਤੀ ਦੇ ਨਾਲ ਸੁਖਪਾਲ ਸਿੰਘ ਖਹਿਰਾ ਜੀ ਨੂੰ ਬੁਲਾਇਆ ਗਿਆ ਕੈਂਡੀਡੇਟ ਪਾਰਟੀ ਕਿਉਂ ਛੱਡ ਗਏ ਕਿਉਂ ਆਮ ਆਦਮੀ ਪਾਰਟੀ ਦਲਵੀਰ ਗੋਲਡੀ ਚ ਮੈਂ ਕਹਿੰਦਾ ਕਈ ਗੱਲਾਂ ਹੋ ਜਾਂਦੀਆਂ ਨੇ ਭਰਾ ਭਰਾ ਵੀ ਕਈ ਦਫਾ ਤਕਰਾਰ ਚ ਆ ਜਾਂਦੇ ਨੇ ਅੱਡ ਉੱਡ ਤਾਂ ਹੁੰਦੇ ਆ ਇਹ ਕੋਈ ਵੱਡੀ ਗੱਲ ਨਹੀਂ ਪਰ ਕਾਂਗਰਸ ਪੂਰੀ ਇਕਮੁੱਠ ਹੈ ਪੂਰੀ ਮਜ਼ਬੂਤ ਹੈ ਦਲਵੀਰ ਗੋਲਡੀ ਨਹੀਂ ਜਿੱਤ ਸਕਦਾ ਸੀ ਤੁਸੀਂ ਇਹ ਗੱਲ ਕਿਉਂ ਪੁੱਛਦੇ ਹੋ ਭਾਜੀ ਜਿੱਤਣ ਵਾਲੀ ਗੱਲ ਨਹੀਂ ਮੁੱਦਾ ਇਹ ਹੈ ਨਾ ਗੋਲਡੀ ਚਲਾ ਗਿਆ ਦੇਖੋ ਨਹੀਂ ਜਿੱਤ ਸਕਦਾ ਜੇਕਰ ਉਹ ਨਹੀਂ ਜਿੱਤ ਸਕਦਾ ਲੋਕਾਂ ਦੀ ਮੰਗ ਸੀ ਸਾਰੇ ਸਾਡੇ ਹਲਕਾ ਇੰਚਾਰਜਾਂ ਦੀ ਮੰਗ ਸੀ ਤੁਸੀਂ ਤੁਹਾਡੀ ਕਾਂਗਰਸ ਦੀ ਮੰਗ ਕਾਂਗਰਸੀ ਵਰਕਰਾਂ ਦੀ ਮੰਗ ਤੋਂ ਪੁੱਛਿਆ ਗਿਆ ਸੀ ਬਿਲਕੁਲ ਕਹਿੰਦਾ ਮੈਨੂੰ ਲਾਸਟ ਤੱਕ ਨਹੀਂ ਪੁੱਛਿਆ ਗਿਆ ਕਹਿੰਦਾ ਲਾਸਟ ਤੱਕ ਮੈਨੂੰ ਪ੍ਰਚਾਰ ਕਰਾ ਗੱਲ ਇਹ ਵੀ ਸਰਵੇ ਜਦੋਂ ਕਰਾ ਲਿਆ ਸਰਵੇ ਦੇ ਵੀ ਸੁਖਪਾਲ ਸਿੰਘ ਖਹਿਰਾ ਜੀ ਆਏ ਜਿਨ੍ਹਾਂ ਦੀ ਬਹੁਤ ਵੱਡੀ ਲੀਡ ਇਹਦੇ ਵੀ ਸਰਵੇ ਦੇ ਵਿੱਚ ਆਈ ਹੈ 2 ਲੱਖ ਤੋਂ ਵੱਧ ਵੋਟਾਂ ਦੇ ਨਾਲ ਸੁਖਪਾਲ ਸਿੰਘ ਖਹਿਰਾ ਜਿੱਤਣਗੇ ਨਹੀਂ ਦੇਖੋ ਢੀਂਡਸਾ ਸਾਹਿਬ ਸਾਡੇ ਸਰਪ੍ਰਸਤ ਨੇ ਸ਼੍ਰੋਮਣੀ ਅਕਾਲੀ ਦਲ ਸਰਪ੍ਰਸਤ ਨਾਲ ਧੱਕਾ ਕਰਤਾ ਕੋਈ ਧੱਕਾ ਨਹੀਂ ਦੇਖੋ ਕਹਿੰਦੇ ਰਾਏ ਨਹੀਂ ਲਈ ਸਰਪ੍ਰਸਤ ਦੀ ਰਾਏ ਨਹੀਂ ਲਈ ਪਾਰਟੀ ਪ੍ਰਧਾਨ ਨੇ ਟੀਵੀ ਤੇ ਆ ਕੇ ਇਹਦਾ ਕਲੀਅਰ ਕੀਤਾ ਵੀ ਮੇਰੀ ਢੀਂਡਸਾ ਸਾਹਿਬ ਨਾਲ ਗੱਲ ਹੋਈ ਹੈ ਢੀਂਡਸਾ ਸਾਹਿਬ ਨਾਲ ਗੱਲ ਹੋ ਕੇ ਸਰਦਾਰ ਸੁਖਬੀਰ ਸਿੰਘ ਬਾਦਲ ਚ ਇੱਕ ਖੂਬੀ ਹੈ ਬਹੁਤ ਵੱਡੀ ਜਿਹਨੂੰ ਕਮਿਟਮੈਂਟ ਕਰ ਲੈਂਦੇ ਨੇ ਉਹ ਤੇ ਪੂਰਾ ਉਤਰਦੇ ਨੇ ਢੀਂਡਸਾ ਹੋਰਾਂ ਨਾਲ ਮੈਨੂੰ ਢੀਂਡਸਾ ਹੋਰਾਂ ਨੇ ਕਿਹਾ ਕਿ ਮੇਰੇ ਨਾਲ ਕਮਿਟਮੈਂਟ ਕੀਤੀ ਸੀ ਕਿ ਸੰਗਰੂਰ ਦਾ ਫੈਸਲਾ ਤੁਹਾਡੇ ਤੋਂ ਪੁੱਛ ਕੇ ਲਵਾਂਗੇ ਟੀਵੀ ਤੇ ਨਿਊਜ਼ ਚੱਲੀ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਮੇਰੀ ਢੀਂਡਸਾ ਸਾਹਿਬ ਨਾਲ ਗੱਲ ਹੋਈ ਢੀਂਡਸਾ ਸਾਹਿਬ ਨੂੰ ਕਿਹਾ ਵੀ ਮੈਂ ਸਰਦਾਰ ਇਕਬਾਲ ਸਿੰਘ ਝੁੰਦਾ ਨੂੰ ਕਮਿਟਮੈਂਟ ਕਰ ਚੁੱਕਿਆ ਹਾਂ ਜੇ ਇਕਬਾਲ ਸਿੰਘ ਝੁੰਦਾ ਚਾਹੁੰਦੇ ਨੇ ਵੀ ਇਹ ਜਗ੍ਹਾ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਲੜਾਇਆ ਜਾਵੇ ਤਾਂ ਮੈਂ ਐਗਰੀ ਹਾਂ ਉਹ ਪਾਰਟੀ ਦੀ ਅੰਦਰਲੀ ਗੱਲ ਹੈ ਉਹ ਨਿਊਜ਼ 'ਚ ਇੱਕ ਹੋਰ ਨਿਊਜ਼ ਆਈ ਕਹਿੰਦੇ ਕਿ ਢੀਂਡਸਾ ਹੋਰਾਂ ਨੇ ਕਿਹਾ ਕਿ ਅੱਜ ਤੱਕ ਏਡਾ ਵੱਡਾ ਧੋਖਾ ਨਹੀਂ ਹੋਇਆ ਜਿਹੜਾ ਮੇਰੇ ਨਾਲ ਅੱਜ ਹੋਇਆ ਔਰ ਮੈਨੂੰ ਇਹ ਕਿਹਾ ਗਿਆ ਸੀ ਕਿ ਜਦੋਂ ਸੰਗਰੂਰ ਦਾ ਫੈਸਲਾ ਹੋਏਗਾ ਤੁਹਾਡੇ ਕੋਲ ਪੁੱਛ ਕੇ ਲਿੱਤਾ ਜਾਏਗਾ ਪੁੱਛਿਆ ਹੀ ਨਹੀਂ ਗਿਆ ਮੇਰੀ ਗੱਲ ਪਰਮਿੰਦਰ ਪ੍ਰਚਾਰ ਕਰਨਾ ਹੀ ਸ਼ੁਰੂ ਕਰਤਾ ਇਧਰੋਂ ਮੇਰੀ ਗੱਲ ਸੁਣੋ ਜਦੋਂ ਪਰਮਿੰਦਰ ਜੀ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਉਦੋਂ ਕੋਈ ਕੈਂਡੀਡੇਟ ਐਲਾਨ ਨਹੀਂ ਹੋਇਆ ਸੀ ਮੈਂ ਉਹਨਾਂ ਨਾਲ ਜਾਂਦਾ ਰਿਹਾ ਜਦੋਂ ਪਾਰਟੀ ਨੇ ਕੈਂਡੀਡੇਟ ਦੇਤਾ ਤਾਂ ਪਰਮਿੰਦਰ ਜੀ ਨੇ ਢੀਂਡਸਾ ਸਾਹਿਬ ਨੇ ਕਿਹਾ ਵੀ ਅਸੀਂ ਅਕਾਲੀ ਸੀ ਅਕਾਲੀ ਹਾਂ ਸਿਮਰਨਜੀਤ ਸਿੰਘ ਮਾਨ ਜਿੱਤਣ ਤੋਂ ਬਾਅਦ ਬਦਲ ਗਏ ਨੇਚਰ ਬਦਲ ਗਿਆ ਉਹਨਾਂ ਦਾ ਕਿ ਉਹਨਾਂ ਦੇ ਨੇੜ ਦੇ ਸਾਥੀ ਉਹਨਾਂ ਦਾ ਸਾਥ ਛੱਡ ਗਏ ਜਿਹੜੀ ਸਿਮਰਨਜੀਤ ਸਿੰਘ ਮਾਨ ਦੀ ਤੁਸੀਂ ਬਦਲਣ ਵਾਲੀ ਗੱਲ ਕੀਤੀ ਆ ਮੈਂ ਪੁੱਛ ਰਿਹਾ ਇੱਕੋ ਇੱਕ ਰਾਜਨੀਤਿਕ ਨੇਤਾ ਹੈਗਾ ਪੰਜਾਬ ਦੇ ਵਿੱਚ ਆਲ ਵਰਲਡ ਦੇ ਵਿੱਚ ਇੱਕੋ ਇੱਕ ਨੇਤਾ ਜਿਹੜਾ ਆਪਣੇ ਸਟੈਂਡ ਦੇ ਉੱਪਰ ਖੜਾ ਹੈਗਾ ਕੀ ਸਟੈਂਡ ਹੁਣ ਉਹਨਾਂ ਦਾ ਸਟੈਂਡ ਹੈਗਾ ਅੱਜ ਤੱਕ ਉਹਨਾਂ ਨੇ ਕਿੰਨੀਆਂ ਹਾਰ ਦਾ ਸਾਹਮਣਾ ਕੀਤਾ ਹੈਗਾ ਪਰ ਸਟੈਂਡ ਕੀ ਹੈ ਉਹਨਾਂ ਦਾ ਸਟੈਂਡ ਇਹੀ ਆ ਵੀ ਉਹ ਆਪਣੇ ਜਿਹੜਾ ਉਹਨਾਂ ਦਾ ਸਟੈਂਡ ਹੈਗਾ ਵੀ ਉਹ ਪੱਕਾ ਹੈਗਾ ਜਿੱਥੇ ਉਹ ਖੜੇ ਨੇ ਆਪਣੀ ਪਾਰਟੀ ਉਹਨਾਂ ਦਾ ਖਾਲਿਸਤਾਨ ਨੂੰ ਲੈ ਕੇ ਕੀ ਸਟੈਂਡ ਹੈ ਖਾਲਿਸਤਾਨ ਨੂੰ ਲੈ ਕੇ ਜਿਹੜਾ ਸਟੈਂਡ ਹੈ ਜੀ ਉਹਨਾਂ ਦਾ ਕਹਿਣਾ ਇਹ ਹੈ ਵੀ ਜਿਹੜਾ ਧਰਮ ਹੈ ਆਪਣੇ ਧਰਮ ਦੇ ਵਿੱਚ ਪ੍ਰਪੱਕ ਹੋਵੋ ਪਰ ਤੁਸੀਂ ਆਪਣੇ ਧਰਮ ਦੇ ਵਿੱਚ ਪ੍ਰਪੱਕ ਹੋ ਕੇ ਦੂਸਰੇ ਧਰਮ ਦੀ ਨਿੰਦਿਆ ਨਾ ਕਰੋ ਠੀਕ ਹੈ ਜੀ ਸਿਮਰਨਜੀਤ ਸਿੰਘ ਮਾਨ ਸਿੱਖ ਨੇਤਾ ਨੇ ਤਾਂ ਉਹ ਸਿੱਖਾਂ ਦੀ ਗੱਲ ਕਰਦੇ ਨੇ ਪਰ ਉਹਨਾਂ ਨੇ ਕਦੇ ਕਿਸੇ ਹਿੰਦੂ ਨੂੰ ਮਾੜਾ ਨਹੀਂ ਕਿਹਾ ਕਦੇ ਸਾਡੇ ਕਿਸੇ ਮੁਸਲਮਾਨ ਭਰਾ ਨੂੰ ਮਾੜਾ ਨਹੀਂ ਕਿਹਾ ਖਾਲਿਸਤਾਨ ਦੀ ਮੰਗ ਕਰਦੇ ਆਏ ਨੇ ਤੁਸੀਂ ਇਸ ਦੇ ਨਾਲ ਸਹਿਮਤ ਹੋ ਬਿਲਕੁਲ ਸਹਿਮਤ ਹਾਂ ਜੀ ਤੁਹਾਨੂੰ ਲੱਗਦਾ ਪੰਜਾਬ ਟੁੱਟਣਾ ਚਾਹੀਦਾ ਨਹੀਂ ਪੰਜਾਬ ਨਹੀਂ ਟੁੱਟਣਾ ਚਾਹੀਦਾ ਖਾਲਿਸਤਾਨ ਕਿੱਥੇ ਬਣੇਗਾ ਜਿਸ ਤਰ੍ਹਾਂ ਮੁਸਲਮਾਨਾਂ ਨੂੰ ਉਹਨਾਂ ਦਾ ਅਲੱਗ ਦੇਸ਼ ਦਿੱਤਾ ਗਿਆ ਹੈਗਾ
ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਨੇ, ਜੇ ਇੱਕ ਸਿੱਖ ਨੇਤਾ ਖਾਲਿਸਤਾਨ ਦੀ ਗੱਲ ਕਰਦਾ ਤਾਂ ਉਹਦੇ ਵਿੱਚ ਮਾੜਾ ਕੀ ਹੈ ਜੀ? ਨਹੀਂ, ਖਾਲਿਸਤਾਨ ਬਣੇਗਾ ਕਿੱਥੇ? ਖਾਲਿਸਤਾਨ ਜਿੱਥੇ ਹਿੰਦੁਸਤਾਨ ਬਣਿਆ, ਜਿੱਥੇ ਪਾਕਿਸਤਾਨ ਬਣਿਆ ਉੱਥੇ ਖਾਲਿਸਤਾਨ ਬਣੇਗਾ ਜੀ? ਪੰਜਾਬ ਟੁੱਟੇਗਾ ਹੀ ਫਿਰ, ਉਹ ਤਾਂ ਜਿਹੜਾ ਕੁਛ ਪਹਿਲਾਂ ਹੋਇਆ ਜੀ। ਤੁਹਾਨੂੰ ਇਹ ਸਹਿਮਤ ਹੋ ਤੁਸੀਂ ਇਸ ਗੱਲ ਨੂੰ ਲੈ ਕੇ ਜਿਸ ਗੱਲ ਦਾ ਜ਼ਿਕਰ ਜਿਹੜਾ ਉਹ ਕਰਦੇ ਹੋ? ਬਿਲਕੁਲ ਸਹਿਮਤ ਨਹੀਂ ਜੀ, ਅਸੀਂ ਸਹਿਮਤ ਨਹੀਂ ਹੈਗੇ, ਬਿਲਕੁਲ ਸਹਿਮਤ ਨਹੀਂ। ਅਸੀਂ ਕਹਿੰਦੇ ਵੀ ਰਾਜ ਖਾਲਸਾ ਰਾਜ ਬੜੇ, ਕੁਛ ਖਾਲਸਾ ਰਾਜ ਚਾਹੇ ਰਾਮ ਰਾਜ, ਉਹ ਗੱਲਾਂ ਦੋਨੇ ਹੀ ਨੇ। ਅਸੀਂ ਕਹਿੰਦੇ ਵੀ ਹਰ ਕਾਨੂੰਰੇ ਫਰਕ ਕੀ ਹੈ ਰਾਮ ਰਾਜ ਤੇ ਖਾਲਸਾ ਰਾਜ ਚ ਕੀ ਫਰਕ? ਫਰਕ ਕੋਈ ਨੀ, ਸਿਰਫ ਸਭ ਲਈ ਜਿਹੜਾ ਰਾਮ ਰਾਜ ਵੀ ਹੋਇਆ ਖਾਲਸਾ ਰਾਜ ਵੀ ਹੈ, ਵੀ ਸਭ ਦੀ ਸੁਣੀ ਜਾਵੇ, ਸਭ ਨਾਲ ਕਿਸੇ ਨਾਲ ਧੱਕਾ ਨਾ ਹੋਵੇ। ਇਹ ਉਹ ਬੀਜੇਪੀ ਵੀ ਤਾਂ ਰਾਮ ਮੰਦਿਰ ਤੇ ਵੋਟ ਮੰਗ ਰਹੀ ਹੈ ਨਾ, ਬੀਜੇਪੀ ਤੇ ਰਾਮ ਮੰਦਿਰ ਤੇ ਵੋਟ ਮੰਗ ਰਹੀ ਹੈ, ਖੁੱਲ੍ਹੇਆਮ ਵੋਟ ਮੰਗ ਰਹੀ ਹੈ। ਮੋਦੀ ਨੇ ਹਿੰਦੂ ਰਾਸ਼ਟਰ ਦਾ ਕਦੇ ਨੀ ਕਿਹਾ ਬਣਾਉਣ ਵਾਸਤੇ, ਰਾਮ ਮੰਦਿਰ ਤੇ ਵੋਟ ਮੰਗੀ ਜਾ ਰਹੀ ਨੀ, ਰਾਮ ਮੰਦਿਰ ਬਣਾਇਆ ਮੰਗੂਗਾ, ਜਿਹੜਾ ਕੰਮ ਕੀਤਾ ਉਹਦੇ ਤਾਂ ਅਸੀਂ ਮੰਗ ਸਕਦੇ ਨਾ ਜੇ ਹੁਣ ਸਾਨੂੰ। ਲੇਕਿਨ ਤੁਹਾਨੂੰ ਲੱਗਦਾ ਨੀ ਧਰਮ ਤੇ ਵੋਟ ਨੀ, ਵਿਕਾਸ ਤੇ ਵੋਟ? ਇਹ ਸਾਨੂੰ ਅਸੀਂ ਨੀ ਕਹਿੰਦਾ, ਅਸੀਂ ਕਹਿੰਦਾ ਵੀ ਜਿਹੜੇ ਧਰਮ ਤੇ ਰਾਜਨੀਤੀ ਇਕੱਠੇ ਹੋਏ ਬਿਨਾਂ ਕੰਮ ਚੱਲੇ ਨੀ ਸਕਦਾ। ਪੰਜ ਸੌ ਸਾਲਾਂ ਦੇ ਵਿੱਚ ਲੋਕ ਏਦਾਂ ਏਦਾਂ ਤਾੜੀਆਂ ਮਾਰਦੇ ਸੀ ਵੀ ਕਿਸੇ ਕੀਮਤ ਤੇ ਰਾਮ ਮੰਦਿਰ ਬਣ ਨੀ ਸਕਦਾ, ਬਣਾ ਕੇ ਦਿਖਾਇਆ ਨਾ ਮੋਦੀ ਨੇ, ਫਿਰ ਉਹਦੇ ਚ ਕੀ ਹੋ ਰਹੇਗੀ? ਬਣਾਇਆ ਤਾਂ ਅਸੀਂ ਉਹਦੇ ਆਧਾਰ ਤੇ ਵੋਟ ਮੰਗਦੇ, ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਆਮ ਪਾਰਟੀ ਆ, ਕੋਈ ਵੀ ਕੰਮ ਕਰਦੇ ਨੇ ਆਪਦੇ ਆਧਾਰ ਤੇ ਵੋਟ ਮੰਗਦੇ ਨੇ, ਸਾਨੂੰ ਬਿਲਕੁਲ ਹੱਕ ਆ। ਜਦੋਂ ਤਾੜੀਆਂ ਵੱਜਿਆ ਸੀ ਕਹਿੰਦੇ ਸੀ ਨਹੀਂ ਸੀ ਹੋ ਸਕਦਾ, ਝਾੜੂ ਵਾਲੇ ਜਿਹੜੇ 23 ਫਸਲਾਂ ਤੇ MSP ਦੀ ਵੋਟ ਮੰਗ ਰਹੇ ਨੇ, ਉਹਨਾਂ ਨੇ ਦਿੱਤੀ ਹੈ, ਉਹਦੀ ਮੰਗ ਰਹੇ ਨੇ ਨਾ, ਅਸੀਂ ਮੰਦਿਰ ਤੇ ਮੰਗ ਲਈ, ਜੇ ਮੰਦਿਰ ਬਣਾਇਆ ਸਰਕਾਰ ਨੇ ਮੋਦੀ ਜੀ ਨੇ ਬਣਾਇਆ ਤਾਂ ਅਸੀਂ ਉਹ ਮੰਗ ਰਹੇ ਹਾਂ। ਨਹੀਂ, ਆਮ ਆਦਮੀ ਪਾਰਟੀ ਨੇ 23 ਫਸਲਾਂ ਤੇ MSP ਦੀ ਪਹਿਲੇ ਦੇ ਵੀ ਦਿੱਤੀ ਹੈ, ਚੁਟਕੀ ਭਰ ਕੇ ਦੇਵਾਂਗੇ, ਉਹਦੀ ਮੰਗ ਰਹੇ ਚੁਟਕੀ ਦਿੱਤੀ ਹੈ ਪਾਰਟੀ ਦੇ ਆਮ ਦੇ ਆਧਾਰ ਤੇ ਵੋਟ ਮੰਗ ਰਹੇ ਨੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ। ਆਮ ਆਦਮੀ ਪਾਰਟੀ ਆਪਣੇ 2 ਸਾਲ ਦੇ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟ ਮੰਗਦੀ ਹੈ। ਸਾਡਾ ਕੈਂਡੀਡੇਟ ਜਿਸ ਜਿਹੜੇ ਵੀ ਪਿੰਡ ਚ ਜਾਂਦਾ ਉਹ ਆਪਣੀਆਂ ਪ੍ਰਾਪਤੀਆਂ ਗਣਾਉਂਦਾ ਵੀ ਸਾਡੀਆਂ 2 ਸਾਲ ਦੀ ਸਰਕਾਰ ਦੀਆਂ ਆਹ ਪ੍ਰਾਪਤੀਆਂ ਨੇ। ਬੀਜੇਪੀ ਨੇ ED ਦੀ ਰਿਪੋਰਟ ਨਾਲ ਕੈਪਟਨ ਕਾਂਗਰਸ ਚੋਂ ਆਇਆ, ਠੀਕ ਹੈ ਨਾ, ਉਹ ਆਪਣਾ ਕਿਹੜਾ ਉੱਥੋਂ ਹੈਗਾ ਜਿਹੜਾ ਪ੍ਰਧਾਨ ਬਣਾਇਆ ਇਹਨਾਂ ਨੇ ਸੁਨੀਲ ਜਾਖੜ ਉਹ ਕਿਹਦੇ ਤੋਂ ਆਇਆ? ED ਦੀ ਰਿਪੋਰਟ ਨਾਲ ਕਾਂਗਰਸ ਚੋਂ ਲੈ ਕੇ ਇੱਧਰ ਸ਼ਿਫਟ ਕਰਿਆ। ਤੁਸੀਂ ਡਰਾ ਕਹਿੰਦੇ ਬੀਜੇਪੀ ਡਰਾ, ਕੋਈ ਕੁਛ ਨੂੰ ਡਰਾਮਾ, ਰਿੰਕੂ ਆਮ ਆਦਮੀ ਚ ਗਿਆ ਸੀ ਇਹਨਾਂ ਕੋਲ ਕਿਹੜੀ ED ਦੀ, ਇਹ ਅੱਜ ਉਹ ਬੀਜੇਪੀ ਚ ਆ ਕੇ ਤਾਂ ED ਲੈ ਕੇ ਆਈ ਆ। ਜਦੋਂ ਮੇਰੀ ਗੱਲ ਸੁਣੋ ਜੀ, ਅਰਵਿੰਦ ਕੇਜਰੀਵਾਲ ਜੀ ਨੂੰ ED ਦਾ ਡਰ ਪਾ ਕੇ ਇਹਨਾਂ ਨੇ ਜੇਲ੍ਹ ਦੇ ਵਿੱਚ ਸੁੱਟਿਆ, ਪਰ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਜੀ ਦੇ ਹੱਕ ਤੇ ਹੋਇਆ। ਹੁਣ ਧਰਮ ਦੇ ਨਾਂ ਤੇ ਰਾਜਨੀਤੀ ਨਹੀਂ ਹੋਊਗੀ। ਬਾਵਾ ਸਾਹਿਬ ਇੱਕ ਮਿੰਟ ਸੁਣੋ, ਹੁਣ ਬਾਵਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਇੰਡੀਆ ਚੱਲੂਗਾ, ਭਾਰਤ ਦੇਸ਼ ਬਾਵਾ ਸਾਹਿਬ ਦੇ ਸੰਵਿਧਾਨ ਦੇ ਮੁਤਾਬਕ ਚੱਲੂਗਾ। ਇਹ ਬੀਬੀ ਜੀ ਉੱਥੇ ਜਾਂਦੇ ਸੀਗੇ 5 ਵਾਰ ਨਾਰੀਅਲ ਤੇ ਇੱਟ ਤੇ ਖੰਭੜੀ ਬੰਨ ਕੇ, ਤੁਹਾਡਾ ਕੰਮ ਸਟਾਰਟ ਹੈ ਜੀ। ਉਰੇ ਇਲੈਕਸ਼ਨ ਸ਼ੁਰੂ ਹੋਣ ਲੱਗੀ, ਐਲਾਨ ਹੋ ਗਿਆ ਵੀ ਪੰਚਾਇਤੀ ਚੋਣਾਂ ਆ ਰਹੀਆਂ ਨੇ, ਬੀਬੀ ਨਾਰੀਅਲ ਤੇ ਖੰਭੜੀ ਬੰਨੀ, ਇੱਟ ਤੇ ਖੰਭੜੀ ਬੰਨੀ। ਵੀ ਤੁਹਾਡੀ ਬੀਬੀ ਦਾ ਜ਼ਿਕਰ ਕਰ, ਸਾਡੇ MLA ਮੈਡਮ ਭਰਾ ਜੀ ਜਿਹੜੇ MLA ਨੇ ਮੌਜੂਦਾ, ਤੁਹਾਡਾ ਸੜਕ ਦਾ ਕੰਮ ਸ਼ੁਰੂ ਹੈ ਜੀ, ਪਰ ਉੱਥੇ ਤੁਸੀਂ ਨਾਭਾ ਰੋਡ ਦਾ ਜਾ ਕੇ ਹਾਲ ਦੇਖੋ, ਕਾਰ ਡੁੱਬਦੀ ਹੈ ਅੱਜ ਦੀ ਡੇਟ ਚ, ਕਾਰ ਡੁੱਬਦੀ ਹੈ ਅੱਜ ਦੀ। ਚੋਣ ਜਾਬਤਾ ਲੱਗ ਗਿਆ, ਇੱਕ ਮਿੰਟ ਜੀ, 70 ਲੱਖ ਰੁਪਏ ਦੇ ਨਾਲ ਬਾਵਾ ਸਾਹਿਬ ਦੇ ਇੱਥੇ ਲਾਇਬ੍ਰੇਰੀ ਬਣ ਰਹੀ ਹੈ ਤੁਹਾਡੇ ਸਾਹਮਣੇ, 70 ਲੱਖ ਕੰਮ ਚੱਲ ਰਿਹਾ। ਨਾਭਾ ਰੋਡ ਦਾ ਟੂਲ ਨਾਲ ਕੋਰਟ ਮੈਟਰ ਸੀ ਜਿਹਦੇ ਕਰਕੇ ਉਹ ਸਟੇ ਹੋਇਆ ਹੋਇਆ ਸੀ, ਹੁਣ ਉਹਦਾ ਮੌਜੂਦਾ ਕੰਮ ਚੱਲ ਰਿਹਾ। ਹਾਂਜੀ, ਕਾਂਗਰਸ ਕਿਸ ਤਰੀਕੇ ਦੇ ਨਾਲ ਮੌਜੂਦਾ ਮੁੱਦਿਆਂ ਨੂੰ ਦੇਖ ਰਹੀ? ਇੱਕ ਮਿੰਟ ਜੀ, ਦੇਖੋ ਇੱਕ ਮਿੰਟ ਜੀ, ਸਭ ਤੋਂ ਜਿਹੜੀ ਵੱਡੀ ਗੱਲ ਹੈ,
ਵੀ ਬੀਜੇਪੀ ਤਾਂ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਾ ਹੀ ਨਹੀਂ ਸਕਦੀ, ਕਿਉਂਕਿ ਇਹਨਾਂ ਨੇ ਸਾਡੇ ਕਿਸਾਨਾਂ ਦਾ 900 ਕਿਸਾਨਾਂ ਦਾ ਕਤਲ ਕੀਤਾ। 900 ਕਿਸਾਨ ਉੱਥੇ ਸੰਭੂ ਬਾਟ ਤੇ ਮਾਰੇ ਗਏ, ਇੱਕ ਸਾਡਾ ਸ਼ੁਭਕਰਨ ਉਹਦੇ ਸਿਰ ਚ ਗੋਲੀ ਮਾਰੀ ਗਈ। ਇਹ ਸਭ ਬੀਜੇਪੀ ਦੀ ਦੇਣ ਹੈ। ਇਸ ਕਰਕੇ ਅੱਜ ਪੂਰੇ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਬੀਜੇਪੀ ਦੇ ਸਖ਼ਤ ਉਲਟ ਨੇ। ਇਹ ਜਿਹੜਾ ਸਾਡਾ ਭਰਾ ਕਹਿੰਦਾ ਵੀ 600 ਕਿਸਾਨ ਉੱਥੇ ਹੋ ਗਿਆ, ਅਸੀਂ ਵੀ ਕਿਸਾਨ ਆ, ਲੇਕਿਨ ਮੌਤ ਦਾ ਜ਼ਿੰਮੇਵਾਰ ਕੌਣ ਹੈ? ਮੌਤ ਦਾ ਜ਼ਿੰਮੇਵਾਰ ਕੌਣ ਹੈ? ਇਹਨਾਂ ਨੂੰ ਪੁੱਛੋ ਵੀ 84 ਚ ਕੀ ਹੋਇਆ। ਇੱਕ ਸ਼ੁਭਕਰਨ ਮਾਰਿਆ ਗੋਲੀ ਨਾਲ, 84 ਚ ਕੈ ਹਜ਼ਾਰ ਬੰਦਾ ਮਾਰਿਆ, ਉਹ ਵੀ ਇੱਕ ਸਾਲ ਚ ਦੋ ਦੋ ਜਾਣਾ ਨੇ ਮਾਰਿਆ, ਤੁਸੀਂ ਵੀ ਮਾਰੋ ਤਾਂ ਕਿਉਂ ਮਾਰਾਂਗੇ? ਦੱਸੋ ਕਿਹੜਾ ਜ਼ਿੰਮੇਵਾਰ ਹੈ? ਦੱਸੋ ਕਿਹੜਾ ਮਾਰ ਸਾਡੇ 700 ਕਿਸਾਨਾਂ ਦੱਸੋ ਕਿਹੜਾ ਕਿਸਾਨ ਜਿਹੜੇ ਸਾਡੇ 700 ਕਿਸਾਨਾਂ ਦੇ ਕਿਹੜਾ ਮਾਰਿਆ? ਦੱਸੋ ਦੱਸੋ ਕਿਸਾਨ ਕਿਹੜਾ ਮਾਰਿਆ? ਜ਼ਿਕਰ ਕਰ ਰਹੇ ਸਾਡੇ 700 ਹੋ ਗਿਆ, ਕੋਈ ਉੱਥੇ ਟੈਗ ਹੋ ਕੇ ਮਰ ਗਿਆ ਕਿਸੇ ਨੇ ਨਿੱਜੀ ਇੰਦਰਾ ਗਾਂਧੀ ਨੇ ਕੀਤਾ, ਉਹਨੇ ਸਜ਼ਾ ਭੁਗਤੀ, ਉਹਦੇ ਪਰਿਵਾਰ ਨੇ ਭੁਗਤੀ। ਇਹ ਜਿਹੜਾ 700 ਕਿਸਾਨ ਮਾਰਿਆ, ਅੱਜ ਵੀ ਕਿਸਾਨਾਂ ਤੇ ਜ਼ੁਲਮ ਹੋ ਰਿਹਾ, MSP ਦਾ ਵਾਅਦਾ ਕਰਕੇ ਮੁੱਕਰ ਗਏ। ਆਮ ਆਦਮੀ ਪਾਰਟੀ ਦੀ ਸਰਕਾਰ ਆ, ਉਹ ਕਹਿੰਦੇ ਵੀ 70 ਸਾਲਾਂ ਚ ਕਾਂਗਰਸ ਨੇ ਆ ਕਰਤਾ, ਅਕਾਲੀਆਂ ਨੇ ਆ ਕਰਤਾ, ਪਰ ਤੁਸੀਂ 2 ਸਾਲਾਂ ਚ ਦੱਸੋ ਕਿਹੜਾ BMW ਦਾ ਪ੍ਰੋਜੈਕਟ ਲਿਆਂਦਾ, ਕਿਹੜਾ ਤੁਸੀਂ ਨੇ ਬੇਅਦਬੀ ਦਾ, ਕਿਹੜਾ ਬੇਅਦਬੀ ਦਾ ਤੁਸੀਂ ਨੇ ਸਾਨੂੰ ਮਸਲੇ ਹੱਲ ਕਰਕੇ ਦਿੱਤੇ, ਕਿਹੜਾ BMW ਦਾ ਤੁਸੀਂ ਨੇ ਪ੍ਰੋਜੈਕਟ ਲਿਆ ਏ, ਕਿਹੜਾ ਨਾਭਾ ਰੋਡ ਦਾ ਸਾਡਾ ਮਸਲਾ ਹੱਲ ਕਰਿਆ, ਸੰਗਰੂਰ ਦੇ ਵਿੱਚ ਇੱਕ ਪ੍ਰੋਜੈਕਟ ਬਣਾਓ ਵੀ ਤੁਸੀਂ ਲੈ ਕੇ, ਸੰਗਰੂਰ ਚ ਕਹਿੰਦੇ ਪ੍ਰੋਜੈਕਟ ਨਹੀਂ ਲੈ ਕੇ।